प्यारे बच्चों आज आपा ਕਰਨ ਜਾ ਰਹੇ ਆ ਨੈਸ ਅਭਿਆਸ 43 ਚਮਤ ਪੰਜਵੀਂ ਵਿਸ਼ਾ ਗਣਿਤ ਆਓ ਦੇਖਦੇ ਹਾਂ ਸਵਾਲ ਨੰਬਰ ਜਾਂ ਪ੍ਰਸ਼ਨ ਨੰਬਰ 1 ਹੇਠਾਂ ਦਿੱਤਾ ਛੜ ਗ੍ਰਾਫ ਇੱਕ ਦੁਕਾਨਦਾਰ ਵੱਲੋਂ ਹਫਤੇ ਦੇ ਬੱਖ-ਬੱਖ ਦਿਨਾਂ ਦੌਰਾਨ ਉਸ ਵੱਲੋਂ ਵੇਚੀਆਂ ਘੜੀਆਂ ਦੀ ਗਿਣਤੀ ਦਰਸਾ ਰਿਹਾ ਹੈ ਬੱਚਿਓ ਇਸ ਪਾਸੇ ਸਾਨੂੰ ਜਿਹੜਾ ਇੱਕ ਕੜੀਆਂ ਦੀ ਗਿਣਤੀ ਦਿੱਤੀ ਗਈ ਹੈ ਔਰ ਹੇਠਾਂ ਵਾਲੇ ਪਾਸੇ ਸਾਨੂੰ ਦਿਨਾਂ ਦੇ ਨਾਮ ਦਿੱਤੇ ਗਏ ਹਨ ਤੇ ਇਹ ਛੜ ਸਾਨੂੰ ਦਰਸਾ ਰਹੀ ਆ ਕਿ ਕਿਸੇ ਦਿਨ ਉਸਨੇ ਕਿੰਨੀਆਂ ਕੜੀਆਂ ਵੇਚੀਆਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹੁੰਦੇ ਛੜ ਗ੍ਰਾਫ ਤੇ ਅਸੀਂ ਇਧਰ ਨੂੰ ਪਹਿਲਾਂ ਜਿਹੜਾ ਮਾਪ ਦੇਖ ਲਈਦਾ ਇਹ ਸੋਮਵਾਰ ਜਿਹੜਾ ਛੜਿਆ ਉਹ ਕਿਤੇ ਤੱਕ ਆ ਰਹੀ ਆ ਸੋਮਵਾਰ ਜਿਹੜੀ ਛੜਾ ਉਹ 15 ਤਿਆਰੀ ਆ ਆਪਾਂ ਇੱਥੇ ਕੀ ਲਿਖ ਲਾਂਗੇ 15 ਫੇ ਮੰਗਲਵਾਰ ਦੇਖਾਂਗੇ ਮੰਗਲਵਾਰ ਜਿਹੜਾ ਸਾਡੇ ਆ ਰਿਹਾ 25 ਜੂਨ ਤੇ 25 ਆ ਜਾਏਗਾ ਫੇ ਸਾਡੇ ਕੋ ਆ ਰਿਹਾ ਜੀ ਬੁੱਧਵਾਰ ਬੁੱਧਵਾਰ ਆ ਰਿਹਾ ਬੱਚਿਓ ਬੀ ਬੁੱਧਰ ਬੀ ਘੜੀਆਂ ਵੇਚੀਆਂ ਗਈਆਂ ਵੀਰਵਾਰ ਫੇ ਸਾਡੇ ਕੋ ਆ ਰਿਹਾ ਬੱਚਿਓ 35 ਵੀਰਵਾਰ ਜਿਹੜੀਆਂ 35 ਘੜੀਆਂ ਵੇਚੀਆਂ ਗਈਆਂ ਫੇ ਉਸ ਤੋਂ ਬਾਅਦ ਆ ਰਿਹਾ ਸ਼ੁੱਕਰਵਾਰ ਬੱਚਿਓ ਸ਼ੁੱਕਰਵਾਰ ਵੀ ਜਿਹੜਾ ਉਹ ਵੀ ਤਿਆਰ ਆ ਤੇ ਫਿਰ 20 ਕੜੀਆਂ ਸ਼ੁੱਕਰਵਾਰ ਵੇਚਿਆਂ ਗੀਆਂ ਸ਼ਨੀਵਾਰ ਨੂੰ ਆਪ ਦੇਖਦੇ ਹਾਂ ਸ਼ਨੀਵਾਰ ਨੂੰ ਬੱਚਿਓ ਇਹ ਹੈ ਸਾਡੀਆਂ ਕੜੀਆਂ ਦੀ ਗਿਣਤੀ 30 ਇਹ ਲਿਖਣ ਤੋਂ ਬਾਅਦ ਆਪ ਹੁਣ ਆਪਾਂ ਦੇਖਦੇ ਹਾਂ ਸਾਨੂੰ ਪੁੱਛਿਆ ਗਈ ਕੀ ਗਿਆ ਹੈ ਛੜ ਗ੍ਰਾਫ ਨੂੰ ਦੇਖ ਕੇ ਦੱਸੋਗੇ ਦੁਕਾਨਦਾਰ ਨੇ 20 ਕੜੀਆਂ ਕਿਸ ਦਿਨ ਵੇਚੀਆਂ ਬੱਚਿਓ ਹੁਣ ਆਪਾਂ ਜਲਦੀ ਅੰਦਾਜ਼ਾ ਲਗਾ ਸਕਦੇ ਹਾਂ ਵੀ ਬੀ ਘੜੀਆਂ ਕਿਸੇ ਦਿਨ ਵੇਚੀਆਂ ਇੱਕ ਤਾਂ ਬੁੱਧਵਾਰ ਆ ਰਿਹਾ ਸਾਡੇ ਕੋਲ ਔਰ ਇੱਕ ਸਾਡੇ ਕੋਲ ਕੀ ਆ ਰਿਹਾ ਸ਼ੁੱਕਰਵਾਰ ਆਓ ਦੇਖਦੇ ਆਪਸ਼ਨਸ ਮੰਗਲਵਾਰ ਬੁੱਧਵਾਰ ਸ਼ੁੱਕਰਵਾਰ ਜਾਂ ਐੜਾ ਅਤੇ ਈੜੀ ਦੋਵੇਂ ਜਾਨੀ ਕਿ ਬੁੱਧਵਾਰ ਤੇ ਸ਼ੁੱਕਰਵਾਰ ਦੋਨੋਂ ਉਹ ਅਸੀਂ ਇੱਥੇ ਦੇਖ ਚੁੱਕੇ ਹਾਂ ਕਿ ਬੁੱਧਵਾਰ ਵੀ ਬੀ ਘੜੀਆਂ ਵੇਚੀਆਂ ਸੀ ਔਰ ਸ਼ੁੱਕਰਵਾਰ ਵੀ ਬੀ ਤੇ ਸਾਡਾ ਰਾਈਟ ਆਨਸਰ ਹੋਏਗਾ ਸ ਸ ਨੂੰ ਅਸੀਂ ਕੀ ਕਰ ਦੇਣਾ ਸਰ ਪ੍ਰਸ਼ਨ ਨੰਬਰ 2 ਰੰਜੀਤ ਦੇ ਘਰ ਪਾਰਟੀ ਹੈ ਅਤੇ ਉਸ ਨੂੰ 5 ਲੀਟਰ ਜੂਸ ਦੀ ਲੋੜ ਹੈ ਜੇਕਰ ਉਸ ਨੂੰ ਬਾਜ਼ਾਰ ਤੋਂ 200 ਮਿਲੀਲੀਟਰ ਵਾਲੀ ਜੂਸ ਦੀਆਂ ਬੋਤਲਾਂ ਮਿਲ ਰਹੀਆਂ ਹਨ ਤਾਂ ਉਸ ਨੂੰ ਪਾਰਟੀ ਲਈ ਲੋੜ ਅਨੁਸਾਰ ਕਿੰਨੀਆਂ ਬੋਤਲਾਂ ਖਰੀਦਣੀਆਂ ਚਾਹੀਦੀਆਂ ਹਨ ਬੱਚਿਓ ਜੂਸ ਦੀ ਜਿਹੜੀ ਲੋੜ ਹੈਗੀ ਆ ਉਹ 5 ਲੀਟਰ ਦੀ ਪਰ ਜਿਹੜੀ ਸਾਨੂੰ ਬੋਤਲ ਮਿਲੀ ਆ ਜੂਸ ਦੀ ਉਹ ਮਿਲ ਰਹੀ ਹੈ 200 ਮਿਲੀਲੀਟਰ ਦੀ ਹੁਣ ਆਪਾਂ ਦੇਖਣਾ ਹੈ ਵੀ 5 ਲੀਟਰ ਪੂਰੇ ਕਰਨ ਲਈ ਉਹ 200 ਮিলি ਲੀਟਰ ਦੀਆਂ ਕਿੰਨੀਆਂ ਬੋਤਲਾਂ ਖਰੀਦੇਗਾ ਬੱਚਿਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ 1 ਲੀਟਰ ਵਿੱਚ 1 ਲੀਟਰ ਬਰਾਬਰ ਹੁੰਦਾ ਆ 1000 ਮিলি ਲੀਟਰ ਬੱਚਿਓ ਫਿਰ 1 ਲੀਟਰ ਪੂਰਾ ਕਰਨ ਲਈ ਸਾਨੂੰ 1000 ਮিলি ਲੀਟਰ ਪੂਰਾ ਕਰਨਾ ਪੈਣਾ ਫਿਰ ਜੀ ਸਾਡੇ ਕੋਲ 200 ਦੀ 1 ਮਿਲੀਲੀਟਰ 200 ਮਿਲੀਲੀਟਰ ਦੀ ਇੱਕ ਬੋਤਲ ਆ ਆਪਾਂ ਇੱਥੇ ਦੇਖਦੇ ਆ ਇਹ ਇੱਕ ਬੋਤਲ ਹੋ ਗਈ 2 3 4 5 ਜਦੋਂ ਇਹ ਪੰਜ ਬੋਤਲਾਂ 200 ਮਿਲੀਲੀਟਰ ਦੀਆਂ ਹੋਣਗੀਆਂ ਤਾਂ ਇਹ ਬਰਾਬਰ ਬਣੇਗਾ ਸਾਡਾ 1 ਲੀਟਰ ਬੱਚਿਓ ਜੀ 1 ਲੀਟਰ ਦੇ ਵਿੱਚ ਸਾਨੂੰ ਪੰਜ ਬੋਤਲਾਂ ਦੀ ਲੋੜ ਆ ਤੇ ਫਿਰ ਸਾਡੇ ਕੋਲ 5 ਲੀਟਰ ਪੂਰਾ ਕਰਨ ਲਈ ਕਿੰਨੀਆਂ ਪੈ ਗਈਆ ਉਹ ਅਸੀਂ ਦੇਖਾਂਗੇ ਇਹਨੂੰ ਹੱਲ ਕਰਕੇ ਇੱਕ ਵਿੱਚ ਕੀ ਹੈ ਗਿਆ ਪੰਜ ਬੋਤਲਾਂ ਪੰਜਾਂ ਵਿੱਚ ਕਿੰਨੀਆਂ ਹੋਣਗੀਆਂ ਉਹ ਦੇਖਣ ਲਈ ਅਸੀਂ ਅਸੀਂ ਪੰਜ ਨੂੰ ਪੰਜ ਨਾਲ ਜਦੋਂ ਗੁਣਾ ਕਰਾਂਗੇ ਤੇ ਸਾਡਾ ਆ ਜਾਏਗਾ 25 ਬੋਤਲਾਂ ਸੋ ਸਾਡਾ ਰਾਈਟ ਆਨਸਰ ਹੈ ਬੱਚਿਓ ਆਪਸ਼ਨ ਦਿੱਤੀਆਂ ਸਾਨੂੰ 5 20 25 ਔਰ 24 ਸਾਡਾ ਰਾਈਟ ਆਨਸਰ ਹੋਏਗਾ ਆਪਸ਼ਨ ED 25 ਸਾਨੂੰ 200 ਮਿਲੀਲੀਟਰ ਦੀਆਂ 25 ਬੋਤਲਾਂ ਦੀ ਲੋਡ ਪਵੇਗੀ ਸੋ ਰਾਈਟ ਆਨਸਰ ਹੋਏਗਾ ED ਇਹ ਈ ਨੂੰ ਹਰ ਸੀ ਕਰ ਦਿੱਤਾ ਸਰਕਲ ਆਪ ਦੇਖਦੇ ਆਂ ਪ੍ਰਸ਼ਨ ਨੰਬਰ 3 ਅੱਛਾ ਇਹਦੇ ਵਿੱਚ ਸਾਨੂੰ ਦੋ ਮੱਗ ਦਿੱਤੇ ਗਏ ਆ ਜਾਂ ਦੋ ਕੱਪ ਕਹਿ ਲਓ ਇਹਨੂੰ ਦੋ ਕੱਪ ਜਿਹੜੇ ਆ ਉਹਨਾਂ ਦੇ ਨਾਲ ਇੱਕ ਗਲਾਸ ਭਰ ਜਾਂਦਾ ਆ ਤੇ ਤਿੰਨ ਗਲਾਸਾਂ ਦੇ ਨਾਲ ਜਿਹੜਾ ਇੱਕ ਜੱਗ ਭਰ ਜਾਂਦਾ ਆ ਫਿਰ ਉਹਨਾਂ ਨੇ ਦੱਸਿਆ ਵਾ ਜਿਹੜਾ ਇਹ ਇੱਕ ਗਲਾਸ ਸੌਰੀ ਇਹ ਜਿਹੜਾ ਕੱਪ ਦਿੱਤਾ ਆ ਇਹਦੇ ਵਿੱਚ 250 ਮਿਲੀਲੀਟਰ ਪੈਂਦਾ ਹੈ ਵੇ ਪਤਾ ਦੱਸਣਾ ਹੈ ਵੀ ਜੱਗ ਦੇ ਵਿੱਚ ਕਿੰਨਾ ਤਰਲ ਪਦਾਰਥ ਜੂਸ ਪਾਣੀ ਪਵੇਗਾ ਆਓ ਇਸ ਨੂੰ ਕਰਦੇ ਹਾਂ ਇਸ ਤਰ੍ਹਾਂ ਇੱਕ ਕੱਪ ਦੇ ਵਿੱਚ 250 ml ਇਸ ਵਿੱਚ ਵੀ 250 ml ਜਿਹੜੇ ਨੂੰ ਜੋੜਾਂਗੇ ਤੇ ਫਿਰ ਗਲਾਸ ਵਿੱਚ ਸਾਡੇ ਕੋਲ ਕਿੰਨਾ ਪਵੇਗਾ 500 ml ਲੀਟਰ ਤੇ ਇੱਕ ਗਲਾਸ ਜੇ 500 ml ਦਾ ਆਇਆ ਅਪਾ ਇਹਨੂੰ ਜਦੋਂ ਜੋੜਾਂਗੇ ਇੱਥੇ ਇਹ ਵੀ 500 ਦਾ ਹੋ ਗਿਆ ਔਰ ਇਹ ਵੀ 500 ਦਾ ਹੋ ਗਿਆ ਜਦੋਂ ਅਸੀਂ ਤਿੰਨਾਂ ਨੂੰ ਜੋੜਦੇ ਹਾਂ 500 500 पान्सो, 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 500 ਇਹ ਸਾਡੇ ਕੋਲ ਬਣ ਗਿਆ ਦੇਖੋ 500 1000 ਫਿਰ 1500 ਇਹਦਾ ਮਤਲਬ ਸਾਡੇ ਜੱਗ ਦੇ ਵਿੱਚ ਪੈ ਰਿਹਾ ਆ ਸਾਡੇ ਕੋਲ 1500 ਮਿਲੀਲੀਟਰ ਤਾਂ ਆਓ ਹੁਣ ਦੇਖਦੇ ਹਾਂ ਆਪਸ਼ਨਸ ਪਹਿਲੀ ਆਪਸ਼ਨ ਆ 500 ਮਿਲੀਲੀਟਰ ਤੋਂ ਘੱਟ ਇਹ ਕਹ ਰਿਹਾ ਵੀ ਜਿਹੜਾ ਜਾਗ ਆ ਇਹਦੇ ਵਿੱਚ 500 ਮਿਲੀਲੀਟਰ ਤੋਂ ਘੱਟ ਪੈ ਰਿਹਾ ਪਰ ਇਹ ਗਲਤ ਹੈ ਫਿਰ ਸਾਡੇ ਕੋਲ ਆ 1 ਲੀਟਰ ਤੋਂ 2 ਲੀਟਰ ਦੇ ਵਿੱਚ ਅੱਛਾ ਜਿਹੜਾ 1500 ਆਉਂਦਾ ਆ ਇਹ 1 ਤੇ 2 ਲੀਟਰ ਦੇ ਵਿੱਚ ਹੀ ਆਉਂਦਾ ਆ ਆਉ ਦੇਖਦੇ ਆ ਅਗਲੀ ਆਪਸ਼ਨ 500 ਮਿਲੀਲੀਟਰ ਤੋਂ 1 ਲੀਟਰ ਦੇ ਵਿੱਚ ਇਹ ਵੀ ਗਲਤ ਹੈ 2 ਲੀਟਰ ਤੋਂ ਬਾਅਦ ਇਹ 2 ਲੀਟਰ ਤੋਂ ਵੀ ਬਾਅਦ ਨਹੀਂ ਹੈ ਸੋ ਸਾਡਾ ਰਾਈਟ ਆਨਸਰ ਹੋਏਗਾ ਆਪਸ਼ਨ ਐਡਾ ਕਿਉਂ ਇਹ ਆ ਰਿਹਾ 1 ਲੀਟਰ ਤੋਂ 2 ਲੀਟਰ ਦੇ ਵਿਚਕਾਰ 1500 ਐਮਐਲ ਇਹ ਜਿਹੜਾ 2 ਲੀਟਰ ਦੇ ਹੇਠਾਂ ਆਉਂਦਾ ਹੈ ਤੇ 1 ਲੀਟਰ ਤੋਂ ਜ਼ਿਆਦਾ ਹੁੰਦਾ ਹੈ ਸੋ ਆਪਸ਼ਨ ਐਡਾ ਨੂੰ ਅਸੀਂ ਸਰਕਲ ਕਰ ਦਵਾਂਗੇ ਪ੍ਰਸ਼ਨ ਨੰਬਰ 4 ਦਿੱਤੀਆਂ ਦੀਵਾਰ ਕੜੀਆਂ ਨੂੰ ਦੇਖਦੇ ਹੋਏ ਸਹੀ ਕਥਨ ਦੱਸੋ ਬੱਚਿਓ ਸਾਨੂੰ ਇਹ ਕੜੀ ਦਿੱਤੀ ਗਈ ਹੈ ਏ ਇੱਥੇ ਸਾਨੂੰ ਕੜੀ ਦਿੱਤੀ ਗਈ ਹੈ ਬੀ ਹੋਨ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਹੀ ਵੀ ਜਿੰਨੀ ਦੇਰ ਇਹ ਘੰਟਿਆਂ ਵਾਲੀ ਸੂਈ ਕਿਸੇ ਅੰਕ ਨੂੰ ਕ੍ਰੋਸ ਨਹੀਂ ਕਰਦੀ ਉੰਨੀ ਦੇਰ ਉਨੇ ਨਹੀਂ ਬੱਜੇ ਹੁੰਦੇ ਇਹਦਾ ਮਤਲਬ ਇਹ 6 ਤੋਂ ਥੋੜਾ ਪਿੱਛੇ ਹੈ ਜੇ 6 ਨਹੀਂ ਬੱਜੇ ਇਹਨੂੰ ਆਪਾਂ ਕਹਿ ਸਕਦੇ ਹਾਂ 5:50 ਮਿੰਟ 5:50 ਮਿੰਟ ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ 6:00 'ਚ ਅਜੇ 10 ਮਿੰਟ ਰਹਿੰਦੇ ਹਨ ਔਰ ਇਸ ਘੜੀ ਵਿੱਚ ਕੀ ਆ 6 ਤੋਂ ਇੱਕ ਕ੍ਰੋਸ ਕਰ ਗਈ ਆ ਔਰ ਇੱਧਰ ਸਾਡੀ ਸੂਈ ਦੋਤੇ ਆ ਇਹਨੂੰ ਆਪਾਂ ਕਹਿੰਦੇ ਹੁੰਦੇ ਆ 5 10 ਇਹਦਾ ਮਤਲਬ ਇੱਥੇ ਹੋ ਗਿਆ ਟਾਈਮ 6 ਵਜ ਕੇ 10 ਮਿੰਟ ਹੁਣ ਦੇਖਦੇ ਆ ਆਪਾਂ ਆਪਸ਼ਨਸ ਦੋਵੇਂ ਘੜੀਆਂ ਬਰਾਬਰ ਸਮਾਂ ਦਰਸਾ ਰਹੀਆਂ ਹਨ ਇਹ ਗਲਤ ਆ ਬੱਚਿਓ ਕਿਉਂਕਿ ਦੋਨਾਂ ਤੇ ਜਿਹੜਾ ਅਲੱਗ-ਅਲੱਗ ਸਮਾਂ ਹੈ ਦੋਵੇਂ ਘੜੀਆਂ ਦੇ ਸਮੇਂ ਵਿੱਚ 20 ਮਿੰਟ ਦਾ ਅੰਤਰ ਹੈ ਬੱਚਿਓ ਜੇ ਆਪਾਂ ਦੇਖਾਂਗੇ ਇੱਥੇ ਸਾਡੇ ਕੋਲ ਪਹਿਲਾ ਸੀ ਘੜੀ ਤੇ ਜਿਹੜੀ ਦੂਸਰੀ ਘੜੀ ਆ ਉਹ ਸਾਡੇ ਕੋਲ ਉਹਦੇ ਵਿੱਚ ਟਾਈਮ ਜਿਹੜਾ ਹੋ ਰਿਹਾ ਇੱਥੇ ਜਾ ਕੇ ਹੁਣ ਜੇ ਆਪਾਂ ਇਹ ਜਿਹੜਾ ਅੰਤਰ ਦੇਖੀਏ ਇਹਨੂੰ ਆਪਾਂ ਗਿਣੀਏ ਇਹ ਆ ਰਿਹਾ ਸਾਡੇ ਕੋਲ 5 10 15 20 ਇਹਦਾ ਮਤਲਬ ਇਹ ਜਿਹੜਾ ਅੰਤਰ ਆ ਇਹ ਸਹੀ ਆ ਦੋਨਾਂ ਘੜੀਆਂ ਵਿੱਚ ਅੰਤਰ ਜਿਹੜਾ 20 ਮਿੰਟ ਦਾ ਆ ਰਿਹਾ ਆ ਆਪ ਦੇਖਦੇ ਆ ਅਗਲੀ ਆਪਸ਼ਨ ਦੋਵੇਂ ਘੜੀਆਂ 6 ਵਜੇ ਤੋਂ ਬਾਅਦ ਦਾ ਸਮਾਂ ਦਿਖਾ ਰਹੀਆਂ ਹਨ ਇਹ ਗਲਤ ਹੈ ਕਿਉਂਕਿ ਇੱਥੇ ਅਜੇ 6 ਵਜਨੇ ਹਨ ਇੱਧਰ 6 ਵੱਜ ਚੁੱਕੇ ਹਨ ਇਸ ਲਈ ਇਹ ਜਿਹੜੀ ਆਪਸ਼ਨ ਹੈ ਵੀ ਗਲਤ ਹੈ ਘੜੀ A ਘੜੀ B ਨਾਲੋਂ ਅੱਗੇ ਹੈ ਅੱਛਾ ਘੜੀ A ਜਿਹੜੀ ਆ ਆ ਵਾਲੀ ਹੈ ਘੜੀ B A ਹੈ ਪਰ ਉਹ ਕਹ ਰਿਹਾ ਘੜੀ A ਜਿਹੜੀ ਅੱਗੇ ਆ ਪਰ ਇਦਾਂ ਨਹੀਂ ਹੈ ਸੋ ਇਹ ਵੀ ਗਲਤ ਹੈ ਸੋ ਸਾਡਾ ਰਾਈਟ ਆਨਸਰ ਕੀ ਹੈ ਵੀ ਦੋਆਂ ਘੜੀਆਂ ਦੇ ਸਮੇਂ ਵਿੱਚ 20 ਮਿੰਟ ਦਾ ਅੰਤਰ ਹੈ ਆਪਸ਼ਨ ਏ ਹੈ ਪ੍ਰਸ਼ਨ ਨੰਬਰ 5 ਤਕੋਣੀ ਸੰਖਿਆ 36 ਲਈ ਸਹੀ ਉੱਤਰ ਦੀ ਚੋਣ ਕਰੋ ਬੱਚਿਓ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਵੀ ਅਸੀਂ ਤਕੋਣੀ ਸੰਖਿਆ ਲਿਖਣੀ ਹੁੰਦੀ ਹੈ ਤਾਂ ਅਸੀਂ ਜਦੋਂ ਵੀ ਇਹਨਾਂ ਨੂੰ 36 ਨੂੰ ਵੰਡਣਾ ਹੁੰਦਾ ਤਾਂ ਅਸੀਂ ਹਮੇਸ਼ਾ 1 2 3 4 5 6 ਲਗਾਤਾਰ ਚੱਲਣਾ ਹੁੰਦਾ ਹੈ ਔਰ ਉਹ 36 ਵੀ ਹੁਣ ਬਣਨੀ ਚਾਹੀਦਾ ਹੈ ਇਹਦੇ ਵਿੱਚ ਕੀ ਹੈ 1 3 ਇਹ ਲਗਾਤਾਰ ਨਹੀਂ ਇਹ ਵੀ ਅਸੀਂ ਤਕੋਣੀ ਜਿਹੜੀ ਸੰਖਿਆ ਇਦਾਂ ਨਹੀਂ ਬਣਦੀ ਔਰ ਇਹ ਵੀ ਗਲਤ ਹੈ ਰਾਈਟ ਆਨਸਰ ਸਾਡਾ ਜਿਹੜਾ ਆ ਉਹ ਪੈਟਰਨ ਜਿਹੜਾ ਹੈ ਸਹੀ ਆ ਪਰ ਇੱਕ ਵਾਰੀ ਆਪਾਂ ਦੇ ਦੇਵੀ ਕਿ ਇਹ 36 ਬਣ ਰਿਹਾ ਹੈ ਆ ਉਧਰ ਸ਼ੁਰੂ ਕਰਦੇ ਆ 8 ਤੇ 7 15 15 ਤੇ 6 21 21 5 26 26 ਤੇ 4 30 30 ਤੇ 33 33 ਤੇ 2 35 ਤੇ 1 36 ਸੋ ਸਾਡਾ ਰਾਈਟ ਆਨਸਰ ਜਿਹੜਾ ਕਿਹੜਾ ਹੋਏਗਾ অপਸ਼ਨ ਉੜਾ ਉੜਾ ਨੂੰ ਆਪਾਂ ਕੀ ਕਰ ਦੇਣਾ ਸੇਵ ਅੱਛਾ ਇਹ ਸੀ ਤੁਹਾਡੀ ਅੱਜ ਦੀ ਗਣਿਤ ਵਿਸ਼ੇ ਦੀ ਅਭਿਆਸ ਸ਼ੀਟ ਆਸ ਕਰਦਾ ਹਾਂ ਕਿ ਤੁਸੀਂ ਇਸ ਵਿੱਚੋਂ ਬਹੁਤ ਕੁਝ ਸਿੱਖੋਗੇ ਤੇ ਇਸ ਨੂੰ ਬਾਰ-ਬਾਰ ਰਿਵਾਈਜ਼ ਵੀ ਕਰੋਗੇ ਬੱਚਿਓ ਇਸ ਚੈਨਲ ਨੂੰ ਸਬਸਕ੍ਰਾਈਬ ਨਾ ਭੁੱਲਣਾ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਵੀ ਕਰਨਾ ਥੈਂਕ ਯੂ ਬੇਟਾ ਜੀ